ਸਕੂਲ ਬੱਸ ਅਤੇ ਈ ਰਕਸ਼ਾ ਵਿਚਾਲੇ ਹੋਈ ਟੱਕਰ, ਮਾਮੂਲੀ ਬਹਿਸ ਤੋਂ ਵੱਧ ਗਈ ਗੱਲ, ਹੱਥੋਂ ਪਾਈ ਹੋਏ ਦੋਵੇਂ ਚਾਲਕ, ਮੌਕੇ ਤੇ ਪੈ ਗਿਆ ਗਾ। ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਗੁਰਦਾਸਪੁਰ ਦੇ ਮੁੱਖ ਹਨੂੰਮਾਨ ਚੌਂਕ 'ਚ ਇੱਕ ਸਕੂਲੀ ਬੱਸ ਅਤੇ ਈ ਰਕਸ਼ਾ ਦੇ ਵਿਚਾਲੇ ਟੱਕਰ ਹੋਈ ਹੈ। ਹਾਲਾਂਕਿ ਬੱਸ ਡਰਾਈਵਰ ਦੇ ਵੱਲੋਂ ਬੱਸ ਮੋੜੀ ਜਾ ਰਹੀ ਸੀ ਅਤੇ ਈ ਰਕਸ਼ੇ ਦੇ ਵਿੱਚ ਉਹ ਜਾ ਟਕਰਾਉਂਦੀ ਹੈ। ਹਾਲਾਂਕਿ ਟੱਕਰ ਬਹੁਤੀ ਜ਼ੋਰਦਾਰ ਨਹੀਂ ਸੀ, ਪਰ ਦੋਵਾਂ ਚਾਲਕਾਂ ਦੇ ਵਿਚਾਲੇ ਤਿੱਖੀ ਬਹਿਸ ਹੋਈ। ਪਹਿਲਾਂ ਬਹਿਸਬਾਜ਼ੀ 'ਤੇ ਗੱਲ ਰੁਕਦੀ ਹੈ, ਪਰ ਫਿਰ ਜਦ ਗੱਲ ਵੱਸੋਂ ਬਾਹਰ ਹੁੰਦੀ ਹੈ ਤਾਂ ਦੋਵੇਂ ਚਾਲਕ ਹੱਥੋਂ ਪਾਈ 'ਤੇ ਆ ਜਾਂਦੇ ਨੇ। ਦੋਵਾਂ ਦੇ ਵਿਚਾਲੇ ਗਾਲੀ ਗਲੋਚ ਹੁੰਦਾ ਹੈ ਔਰ ਮੌਕੇ 'ਤੇ ਹੀ ਰੌਲਾ ਪੈ ਜਾਂਦਾ ਹੈ। ਆਸੇ ਪਾਸੇ ਦੇ ਜੋ ਦੁਕਾਨਦਾਰ ਨੇ ਜਾਂ ਹੋਰ ਵਾਹਨ ਚਾਲਕ ਨੇ, ਉਹ ਆ ਕੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਦੋਹਾਂ ਚਾਲਕਾਂ ਦਾ ਜੋ ਗੁੱਸਾ ਉਹ ਅਸਮਾਨ ਨੂੰ ਛੂੰਹਦਾ ਹੋਇਆ ਵਿਖਾਈ ਦਿੰਦਾ ਹੈ। ਦੋਵੇਂ ਆਪਸ ਦੇ ਵਿੱਚ ਬਹਿਸ ਕਰਦੇ ਹੋਏ ਵਿਖਾਈ ਦਿੰਦੇ ਹਨ ਅਤੇ ਇੱਥੋਂ ਤੱਕ ਗੱਲ ਵੱਧ ਗਈ ਕਿ ਦੋਵੇਂ ਚਾਲਕ ਹੱਥੋਂ ਪਾਈ 'ਤੇ ਆ ਗਏ। ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਸਕੂਲੀ ਬੱਸ ਪਿੱਛੋਂ ਦੀ ਈ ਰਕਸ਼ੇ ਨੂੰ ਆ ਕੇ ਵੱਜੀ ਹੈ ਅਤੇ ਦੋਹਾਂ ਚਾਲਕਾਂ ਦੇ ਵਿਚਾਲੇ ਪਹਿਲਾਂ ਬਹਿਸਬਾਜ਼ੀ ਹੋ ਰਹੀ ਹੈ ਅਤੇ ਫਿਰ ਦੋਵੇਂ ਹੱਥੋਂ ਪਾਈ 'ਤੇ ਆ ਉਤਰਦੇ ਨੇ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਕੂਲ ਬੱਸ ਅਤੇ ਈ ਰਕਸ਼ਾ ਵਿਚਾਲੇ ਹੋਈ ਟੱਕਰ, ਮਾਮੂਲੀ ਬਹਿਸ ਤੋਂ ਵੱਧ ਗਈ ਗੱਲ, ਹੱਥੋਂ ਪਾਈ ਹੋਏ ਦੋਵੇਂ ਚਾਲਕ, ਮੌਕੇ ਤੇ ਪੈ ਗਿਆ ਗਾ। ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਗੁਰਦਾਸਪੁਰ ਦੇ ਮੁੱਖ ਹਨੂੰਮਾਨ ਚੌਂਕ 'ਚ ਇੱਕ ਸਕੂਲੀ ਬੱਸ ਅਤੇ ਈ ਰਕਸ਼ਾ ਦੇ ਵਿਚਾਲੇ ਟੱਕਰ ਹੋਈ ਹੈ। ਹਾਲਾਂਕਿ ਬੱਸ ਡਰਾਈਵਰ ਦੇ ਵੱਲੋਂ ਬੱਸ ਮੋੜੀ ਜਾ ਰਹੀ ਸੀ ਅਤੇ ਈ ਰਕਸ਼ੇ ਦੇ ਵਿੱਚ ਉਹ ਜਾ ਟਕਰਾਉਂਦੀ ਹੈ। ਹਾਲਾਂਕਿ ਟੱਕਰ ਬਹੁਤੀ ਜ਼ੋਰਦਾਰ ਨਹੀਂ ਸੀ, ਪਰ ਦੋਵਾਂ ਚਾਲਕਾਂ ਦੇ ਵਿਚਾਲੇ ਤਿੱਖੀ ਬਹਿਸ ਹੋਈ। ਪਹਿਲਾਂ ਬਹਿਸਬਾਜ਼ੀ 'ਤੇ ਗੱਲ ਰੁਕਦੀ ਹੈ, ਪਰ ਫਿਰ ਜਦ ਗੱਲ ਵੱਸੋਂ ਬਾਹਰ ਹੁੰਦੀ ਹੈ ਤਾਂ ਦੋਵੇਂ ਚਾਲਕ ਹੱਥੋਂ ਪਾਈ 'ਤੇ ਆ ਜਾਂਦੇ ਨੇ। ਦੋਵਾਂ ਦੇ ਵਿਚਾਲੇ ਗਾਲੀ ਗਲੋਚ ਹੁੰਦਾ ਹੈ ਔਰ ਮੌਕੇ 'ਤੇ ਹੀ ਰੌਲਾ ਪੈ ਜਾਂਦਾ ਹੈ। ਆਸੇ ਪਾਸੇ ਦੇ ਜੋ ਦੁਕਾਨਦਾਰ ਨੇ ਜਾਂ ਹੋਰ ਵਾਹਨ ਚਾਲਕ ਨੇ, ਉਹ ਆ ਕੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਦੋਹਾਂ ਚਾਲਕਾਂ ਦਾ ਜੋ ਗੁੱਸਾ ਉਹ ਅਸਮਾਨ ਨੂੰ ਛੂੰਹਦਾ ਹੋਇਆ ਵਿਖਾਈ ਦਿੰਦਾ ਹੈ। ਦੋਵੇਂ ਆਪਸ ਦੇ ਵਿੱਚ ਬਹਿਸ ਕਰਦੇ ਹੋਏ ਵਿਖਾਈ ਦਿੰਦੇ ਹਨ ਅਤੇ ਇੱਥੋਂ ਤੱਕ ਗੱਲ ਵੱਧ ਗਈ ਕਿ ਦੋਵੇਂ ਚਾਲਕ ਹੱਥੋਂ ਪਾਈ 'ਤੇ ਆ ਗਏ। ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਸਕੂਲੀ ਬੱਸ ਪਿੱਛੋਂ ਦੀ ਈ ਰਕਸ਼ੇ ਨੂੰ ਆ ਕੇ ਵੱਜੀ ਹੈ ਅਤੇ ਦੋਹਾਂ ਚਾਲਕਾਂ ਦੇ ਵਿਚਾਲੇ ਪਹਿਲਾਂ ਬਹਿਸਬਾਜ਼ੀ ਹੋ ਰਹੀ ਹੈ ਅਤੇ ਫਿਰ ਦੋਵੇਂ ਹੱਥੋਂ ਪਾਈ 'ਤੇ ਆ ਉਤਰਦੇ ਨੇ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।